ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ NRI TV ਨਾਲ। ਮੈਂ ਸਤਨਾਮ ਸਿੰਘ ਪਠੋਈ। ਵੱਡੀ ਖਬਰ BJP ਨਾਲ ਜੁੜੀ ਹੋਈ ਆ। BJP ਨੇ ਵੱਡਾ ਫੈਸਲਾ ਲਿਆ, ਜਿੱਥੇ ਕਿ BJP ਤੋਂ ਸੁਨੀਲ ਜਾਖੜ ਨਾਰਾਜ਼ ਨਜ਼ਰ ਆ ਰਹੇ ਨੇ, ਤਾਂ ਉੱਧਰ ਹੁਣ BJP ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਅਤੇ ਇਸ ਸਭ ਦੇ ਦਰਮਿਆਨ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤਾਂ 4 ਜ਼ਿਮਨੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ, ਤਾਂ ਵੱਡਾ ਫੈਸਲਾ BJP ਵੱਲੋਂ ਲਿਆ ਗਿਆ ਅਤੇ ਬਰਨਾਲਾ, ਗਿੱਦੜਵਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ, ਤਾਂ ਇਹਨਾਂ ਚੋਣ ਹਲਕਿਆਂ ਦੇ ਲਈ ਹੁਣ ਇੰਚਾਰਜ ਆ ਜਿਹੜੇ ਲਗਾਏ ਗਏ ਨੇ। ਤਾਂ ਜਿੱਥੇ ਬੀਤੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਸੁਨੀਲ ਜਾਖੜ BJP ਤੋਂ ਦੂਰੀ ਬਣਾਉਂਦੇ ਨਜ਼ਰ ਆ ਰਹੇ ਨੇ ਅਤੇ BJP ਦੀਆਂ ਮੀਟਿੰਗਾਂ ਵਿੱਚ ਨਜ਼ਰ ਨਹੀਂ ਆ ਰਹੇ, ਤਾਂ ਉੱਧਰ ਹੁਣ BJP ਵੱਲੋਂ ਵੱਡਾ ਫੈਸਲਾ ਲਿਆ ਗਿਆ, ਜਿਸ ਵਿੱਚ ਕਿ 4 ਵਿਧਾਨ ਸਭਾ ਹਲਕਿਆਂ 'ਤੇ ਹੁਣ ਇੰਚਾਰਜ ਲਗਾਏ ਗਏ ਨੇ। ਤਾਂ ਜਿੱਥੇ ਦੇਖ ਰਹੇ ਹਾਂ ਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਅਤੇ ਹੁਣ ਆਉਣ ਵਾਲੇ ਸਮੇਂ 'ਚ 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ ਹੋਣੀ ਹੈ। ਤਾਂ ਇਸਦੇ ਲਈ ਹੁਣ ਕਮਰ ਜਿਹੜੀ ਆ ਉਹ BJP ਨੇ ਕੱਸ ਲਈ ਹੈ ਅਤੇ ਆਪਣੇ ਹਲਕਾ ਇੰਚਾਰਜ ਆ ਜਿਹੜੇ ਉਹ ਲਗਾ ਦਿੱਤੇ ਗਏ ਨੇ। ਤਾਂ ਦੱਸ ਦਈਏ ਕਿ ਅਵਿਨਾਸ਼ ਰਾਏ ਖੰਨਾ ਨੂੰ ਗਿੱਦੜਵਾਹਾ ਤੋਂ ਇੰਚਾਰਜ ਲਗਾਇਆ ਗਿਆ ਅਤੇ ਉਹਨਾਂ ਦੇ ਨਾਲ ਦਿਆਲ ਸਿੰਘ ਸੋਢੀ ਨੂੰ ਵੀ ਇੰਚਾਰਜ ਲਗਾਇਆ ਗਿਆ। ਇਸੇ ਤਰ੍ਹਾਂ ਬਰਨਾਲਾ ਤੋਂ ਮਨੋਰੰਜਨ ਸਿੰਘ ਕਾਲੀਆ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਗਿਆ, ਜਗਮੋਹਨ ਸਿੰਘ ਰਾਜੂ ਨੂੰ ਵੀ ਇੰਚਾਰਜ ਬਣਾਇਆ ਗਿਆ, ਜਦੋਂ ਕਿ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਕਮਾਨ ਸ਼ਵੇਤ ਮਲਕ ਨੂੰ ਦਿੱਤੀ ਗਈ ਆ ਅਤੇ ਉਹਨਾਂ ਦੇ ਨਾਲ ਪਰਮਿੰਦਰ ਸਿੰਘ ਬਰਾੜ ਨੂੰ ਵੀ ਇੰਚਾਰਜ ਲਗਾਇਆ ਗਿਆ, ਅਸ਼ਵਨੀ ਸ਼ਰਮਾ ਨੂੰ ਡੇਰਾ ਬਾਬਾ ਨਾਨਕ ਖੇਤਰ ਦਾ ਇੰਚਾਰਜ ਲਗਾਇਆ ਗਿਆ ਅਤੇ ਰਕੇਸ਼ ਰਠੌਰ ਨੂੰ ਵੀ ਉਹਨਾਂ ਦੇ ਨਾਲ ਜ਼ਿੰਮੇਵਾਰੀ ਦਿੱਤੀ ਗਈ ਆ। ਤਾਂ ਇਸੇ ਦੇ ਨਾਲ ਹੀ ਅਨਿਲ ਸਰੀਨ ਨੂੰ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ। ਤਾਂ ਵੱਡੀਆਂ ਜ਼ਿੰਮੇਵਾਰੀਆਂ BJP ਵੱਲੋਂ ਦਿੱਤੀਆਂ ਗਈਆਂ ਨੇ ਅਤੇ ਕਿਤੇ ਨਾ ਕਿਤੇ ਜੋ ਨਾਰਾਜ਼ਗੀ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਜਾਂ ਅਸਤੀਫੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਤਾਂ ਇਸ ਸਭ ਦੇ ਦਰਮਿਆਨ BJP ਵੱਲੋਂ ਵੱਡਾ ਫੈਸਲਾ ਲਿਆ ਗਿਆ ਅਤੇ 4 ਜ਼ਿਮਨੀ ਚੋਣ ਹਲਕਿਆਂ ਦੇ ਲਈ ਇੰਚਾਰਜ ਆ ਜਿਹੜੇ ਉਹ ਸਥਾਪਿਤ ਕਰ ਦਿੱਤੇ ਗਏ ਨੇ ਅਤੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ, ਜਿੱਥੇ ਦੇਖਿਆ ਜਾ ਰਿਹਾ ਹੈ ਕਿ ਬੀਤੇ ਦਿਨ ਹੀ ਸੀਨੀਅਰ ਲੀਡਰ ਜਿਹੜੇ BJP ਦੇ ਮੀਟਿੰਗ ਕਰਨ ਪਹੁੰਚਦੇ ਆ, ਤਾਂ ਇਸ ਮੀਟਿੰਗ ਤੋਂ ਦੂਰੀ ਬਣਾਉਂਦੇ ਆ ਸੁਨੀਲ ਜਾਖੜ। ਤਾਂ ਸੁਨੀਲ ਜਾਖੜ ਦੀ ਦੂਰੀ ਦੇ ਚੱਲਦਿਆਂ ਕਿਤੇ ਨਾ ਕਿਤੇ ਵੱਡੀਆਂ ਜ਼ਿੰਮੇਵਾਰੀਆਂ ਵੀ ਹੁਣ ਦਿੱਤੀਆਂ ਜਾ ਰਹੀਆਂ ਨੇ। ਤਾਂ BJP ਪ੍ਰਧਾਨ ਸੁਨੀਲ ਜਾਖੜ ਜਿੱਥੇ ਅਸਤੀਫੇ ਦੀ ਉਹਨਾਂ ਬਾਰੇ ਚਰਚਾ ਚੱਲ ਰਹੀ ਹੈ, ਤਾਂ ਇਸ ਸਭ ਦੇ ਦਰਮਿਆਨ BJP ਦਾ ਵੱਡਾ ਫੈਸਲਾ ਦੇਖਣ ਨੂੰ ਮਿਲਿਆ ਕਿ 4 ਜ਼ਿਮਨੀ ਚੋਣ ਹਲਕਿਆਂ ਦੇ ਲਈ ਕਮਰ ਕੱਸ ਲਈ ਗਈ ਹੈ ਅਤੇ 4 ਜ਼ਿਮਨੀ ਚੋਣ ਹਲਕਿਆਂ ਦੇ ਇੰਚਾਰਜ ਸਥਾਪਿਤ ਕਰ ਦਿੱਤੇ ਗਏ ਨੇ।